ਹੁਣ ਮੋਹਾਲੀ 'ਤੇ ਕੈਮਰੇ ਦੀ ਅੱਖ ਰਹੂਗੀ, ਕੋਈ ਵੀ ਟ੍ਰੈਫਿਕ ਨਿਯਮਾਂ ਨੂੰ ਤੋੜਦਾ ਉਸਦਾ ਘਰ ਦੇ ਵਿੱਚ ਚਲਾਣ ਹੋਊਗਾ। ਅਸੀਂ ਪਿਛਲੇ 1 ਸਾਲ ਤੋਂ ਇਸ ਪ੍ਰੋਜੈਕਟ ਦੀ ਉਡੀਕ ਕਰ ਰਹੇ ਹਾਂ। ਸਿਟੀ ਸਰਵੇਲੈਂਸ ਸਿਸਟਮ ਦੇ ਤਹਿਤ 20 ਕੈਮਰਾਜ਼ ਜਿਹੜੇ ਹੈ ਸਾਡੇ ਵੱਖ ਵੱਖ ਜੰਕਸ਼ਨਸ 'ਤੇ ਲੱਗਣ ਵਾਲੇ ਨੇ। ਜ਼ਿਲ੍ਹਾ ਪ੍ਰਸ਼ਾਸਨ ਟ੍ਰੈਫਿਕ ਰੂਲ ਵਾਇਲੇਸ਼ਨ ਔਰ ਉਹਦੀਆਂ ਕੰਪਲਾਇੰਸ ਲਈ ਕ੍ਰਮਬੱਧ ਹੈ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ 100% ਕੰਪਲਾਇੰਸ ਹੋਵੇ। ਸਾਡਾ ਮਕਸਦ ਜਿਹੜਾ ਹੈ RLVD ਕੈਮਰਾ ਜਿਹੜਾ ਕਿ ਰੈੱਡ ਲਾਈਟ ਜੰਪਿੰਗ ਨੂੰ ਚੈੱਕ ਕਰਦਾ ਹੈ, ANPR ਸਿਸਟਮ ਜਿਹੜਾ ਨੰਬਰ ਪਲੇਟ ਰੈਕਗਨੀਸ਼ਨ ਕਰਦਾ ਹੈ, ਜਾਂ ਹੋਰ ਤਰ੍ਹਾਂ ਦੀਆਂ ਵਾਇਲੇਸ਼ਨਸ ਟ੍ਰੈਫਿਕ ਦੀਆਂ ਉਹਨੂੰ ਦੇਖਦਾ ਹੈ। ਇਹ ਸਾਡਾ ਇੱਕ ਪਾਇਲਟ ਪ੍ਰੋਜੈਕਟ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹੀ ਜਿਹੜੇ ਡਰਾਈਵਰਸ ਹੁੰਦੇ ਆ ਚੰਡੀਗੜ੍ਹ ਤੋਂ ਜਦੋਂ ਮੋਹਾਲੀ ਐਂਟਰ ਕਰਦੇ ਆ ਉਹ ਟ੍ਰੈਫਿਕ ਰੂਲਸ ਨਹੀਂ ਫੋਲੋ ਕਰਦੇ, ਕੈਮਰਾਸ ਜਿਹੜਾ ਹੈ ਉਹ ਡਿਟਰੈਂਟ ਹੁੰਦਾ ਹੈ। ਇਹ ਪਾਇਲਟ ਪ੍ਰੋਜੈਕਟ ਹੈ, DC ਐਡਮਿਨਿਸਟ੍ਰੇਸ਼ਨ ਮੋਹਾਲੀ ਨੇ ਜਿਹੜਾ ਲਿਆ ਹੋਇਆ, ਚਲਾਣ ਹੋਣਗੇ ਤਾਂ ਹੀ ਤਾਂ ਪਤਾ ਲੱਗੂਗਾ ਚਲ ਪਾਇਲਟ ਪ੍ਰੋਜੈਕਟ ਸਕਸੈਸਫੁਲ ਹੋਇਆ ਕਿ ਨਹੀਂ ਹੋਇਆ। ਜੀ, 200 ਕੈਮਰਾ ਹੋਣਗੇ ਜਿਹੜੇ ਆਟੋਮੈਟਿਕ ਨੰਬਰ ਪਲੇਟ ਰੀਡਿੰਗ ਕਰਨਗੇ ਜਿੱਥੋਂ ਚਲਾਣ ਜਨਰੇਟ ਹੋਊਗਾ। ਸਰਕਾਰ ਦਾ ਵੈਸੇ ਕਮਾਈ ਕਰਨਾ ਤਾਂ ਕੰਮ ਨਹੀਂ ਹੁੰਦਾ ਹੈਗਾ, ਲੋਕਾਂ ਨੂੰ ਰਾਹ ਦੇਣਾ ਕੰਮ ਆਉਂਦਾ ਅਤੇ ਕਾਨੂੰਨ ਦੇ ਦਾਇਰੇ 'ਚ ਰੱਖ ਕੇ ਉਹਨਾਂ ਨੂੰ ਸਿਹਤ ਯਾਬ ਰੱਖਣਾ ਜ਼ਰੂਰੀ ਹੁੰਦਾ। ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਹੈ, ਉਹ ਇੱਦਾਂ ਖਾਲੀ ਉਦਘਾਟਨ ਨਹੀਂ ਕਰਦੀ ਹੈਗੀ, ਪਹਿਲਾਂ ਸਾਰੀਆਂ ਫਾਰਮੈਲਿਟੀਆਂ ਮੁਕੰਮਲ ਕਰਕੇ ਫਿਰ ਕੰਮ ਕਰਦੀ ਹੈ। ਹੁਣ ਮੋਹਾਲੀ 'ਤੇ ਕੈਮਰੇ ਦੀ ਅੱਖ ਰਹੂਗੀ, ਕੋਈ ਵੀ ਟ੍ਰੈਫਿਕ ਨਿਯਮਾਂ ਨੂੰ ਤੋੜਦਾ ਉਸਦਾ ਘਰ ਦੇ ਵਿੱਚ ਚਲਾਣ ਹੋਊਗਾ। ਪਾਇਲਟ ਪ੍ਰੋਜੈਕਟ ਸ਼ੁਰੂ ਹੋਣ ਲੱਗਾ, ਮੋਹਾਲੀ DC ਮੈਡਮ ਜੀ ਦਾ ਗੱਲਬਾਤ ਕਰ ਲੈਣਾ। ਮੈਮ, ਕਿਸ ਤਰ੍ਹਾਂ ਇਹ ਪਾਇਲਟ ਪ੍ਰੋਜੈਕਟ ਚੱਲੂਗਾ, ਕਿਵੇਂ ਇਸਨੇ ਕੰਮ ਕਰਨਾ? ਦੇਖੋ ਜੀ, ਅਸੀਂ ਪਿਛਲੇ 1 ਸਾਲ ਤੋਂ ਇਸ ਪ੍ਰੋਜੈਕਟ ਦੀ ਉਡੀਕ ਕਰ ਰਹੇ ਹਾਂ। ਸਿਟੀ ਸਰਵੇਲੈਂਸ ਸਿਸਟਮ ਦੇ ਤਹਿਤ 20 ਕੈਮਰਾਜ਼ ਜਿਹੜੇ ਹੈ ਸਾਡੇ ਵੱਖ ਵੱਖ ਜੰਕਸ਼ਨਸ 'ਤੇ ਲੱਗਣ ਵਾਲੇ ਨੇ। ਔਰ ਬਤੌਰ ਹੈੱਡ ਆਫ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ, ਅਸੀਂ ਸਮਝਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਟ੍ਰੈਫਿਕ ਰੂਲ ਵਾਇਲੇਸ਼ਨ ਔਰ ਉਹਦੀਆਂ ਕੰਪਲਾਇੰਸ ਲਈ ਕ੍ਰਮਬੱਧ ਹੈ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ 100% ਕੰਪਲਾਇੰਸ ਹੋਵੇ। ਸਾਡਾ ਮਕਸਦ ਜਿਹੜਾ ਹੈ RLVD ਕੈਮਰਾ ਜਿਹੜਾ ਕਿ ਰੈੱਡ ਲਾਈਟ ਜੰਪਿੰਗ ਨੂੰ ਚੈੱਕ ਕਰਦਾ ਹੈ, ANPR ਸਿਸਟਮ ਜਿਹੜਾ ਨੰਬਰ ਪਲੇਟ ਰੈਕਗਨੀਸ਼ਨ ਕਰਦਾ ਹੈ, ਜਾਂ ਹੋਰ ਤਰ੍ਹਾਂ ਦੀਆਂ ਵਾਇਲੇਸ਼ਨਸ ਟ੍ਰੈਫਿਕ ਦੀਆਂ ਉਹਨੂੰ ਦੇਖਦਾ ਹੈ। ਇਨ ਕੈਮਰਾਜ਼ ਦੇ ਰਾਹੀਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਨਿਵਾਸੀ ਅਤੇ ਮੋਹਾਲੀ ਦੇ ਨਾਗਰਿਕ ਇਹਨਾਂ ਕੈਮਰਾਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਦੀ ਟ੍ਰੈਫਿਕ ਰੂਲਸ ਦੀ ਵਾਇਲੇਸ਼ਨ ਘੱਟ ਕਰਨਗੇ ਔਰ ਉਹਦੀ ਕੰਪਲਾਇੰਸ ਵਧਾਉਣਗੇ। ਆਪਾਂ ਨੂੰ ਸਾਰਿਆਂ ਨੂੰ ਆਪਣੇ ਸਲੀਕੇ ਦੇ ਵਿੱਚ ਚੇਂਜ ਕਰਨਾ ਪੈਣਾ, ਔਰ ਉਸਦੇ ਨਾਲ ਸਾਡੀਆਂ ਜਿਹੜੀ ਹਰ ਦਿਨ ਟ੍ਰੈਫਿਕ ਐਕਸੀਡੈਂਟਸ ਦੇ ਵਿੱਚ ਜਾਨਾਂ ਵੀ ਜਾ ਰਹੀ ਹੈ, ਲੋਕਾਂ ਨੂੰ ਇੰਜਰੀਜ਼ ਵੀ ਹੁੰਦੀਆਂ ਨੇ, ਉਦੋਂ ਤੋਂ ਬਚਿਆ ਜਾ ਸਕੇ। ਇਹ ਮੋਹਾਲੀ ਦਾ ਕਿੰਨਾ ਏਰੀਆ ਸਟਾਰਟਿੰਗ ਦੇ ਵਿੱਚ ਕਵਰ ਕਰੂਗਾ ਔਰ ਕਿੰਨੇ ਮੁਲਾਜ਼ਮ ਇਸ ਦੇ ਲਈ ਯੂਟੀਲਾਈਜ਼ ਹੋਣਗੇ? ਦੇਖੋ ਜੀ, ਏਅਰਪੋਰਟ ਚੌਂਕ ਤੋਂ ਲੈ ਕੇ ਇੱਥੇ ਵੇਰਕਾ ਚੌਂਕ ਤੱਕ ਔਰ ਮੋਹਾਲੀ ਦੇ ਮੈਕਸੀਮਮ ਏਰੀਆਜ਼ ਜਿਹੜਾ ਹੈ ਇਸ ਫਸਟ ਫੇਜ਼ ਦੇ ਵਿੱਚ ਅਸੀਂ ਕਵਰ ਕਰਨ ਜਾ ਰਹੇ ਹਾਂ। ਔਰ ਅੱਗੇ ਅਸੀਂ ਜਿਹੜਾ ਕੰਟਰੋਲ ਕਮਾਂਡ ਐਂਡ ਕੰਟਰੋਲ ਸੈਂਟਰ ਹੈ ਉਹ ਵੀ ਅਸੀਂ ਸੋਹਾਨਾ ਪੁਲਿਸ ਸਟੇਸ਼ਨ ਦੇ ਉੱਤੇ ਬਣਾ ਰਹੇ ਹਾਂ ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨੂੰ ਵਧਾਵਾਂਗੇ। ਕੀ ਲੱਗਦਾ ਕਿ ਜੋ ਚੰਡੀਗੜ੍ਹ ਦੇ ਵਿੱਚ ਚੀਜ਼ਾਂ ਹੈਗੀਆਂ ਇੰਪਲੀਮੈਂਟ ਹੈਗੀਆਂ ਉਹ ਮੋਹਾਲੀ ਦੇ ਵਿੱਚ ਉਸ ਤਰੀਕੇ ਦੇ ਨਾਲ ਹੋ ਪਾਉਣਗੇ, ਉਸੇ ਤਰੀਕੇ ਨਾਲ ਪੋਲ ਲਗਾ ਕੇ ਕੈਮਰੇ ਲਗਾਏ ਜਾਣਗੇ, ਇੱਕ ਇੱਕ ਚੀਜ਼ ਉਸੇ ਤਰ੍ਹਾਂ ਕੀਤੀ ਜਾ ਸਕਦੀ ਹੈ? ਦੇਖੋ ਜੀ, ਅਸੀਂ 216 ਜਿਹੜੇ ਹੈ RLVD ਕੈਮਰਾਜ਼ ANPR ਕੈਮਰਾਜ਼ ਲਗਾ ਰਹੇ ਹਾਂ, 63 RLVD ਕੈਮਰਾਜ਼ ਲਗਾ ਰਹੇ ਹਾਂ, 20-25 ਬੁਲੇਟ ਕੈਮਰਾਜ਼ ਲਗਾ ਰਹੇ ਹਾਂ, PTZ ਕੈਮਰਾਜ਼ ਲਗਾ ਰਹੇ ਹਾਂ, ਅਤੇ ਬਹੁਤ ਅੱਛੀ ਇੱਕ ਇੱਕ ਜੰਕਸ਼ਨ 'ਤੇ 4-4 ਕੈਮਰਾਜ਼ ਪਰ ਲੇਨ ਲੱਗ ਰਹੇ ਨੇ, ਔਰ ਪੋਲਸ ਦੇ ਉੱਤੇ ਉਵੇਂ ਹੀ ਬੈਸਟ ਟੈਕਨੋਲੋਜੀ ਸਟੇਟ ਆਫ ਦੀ ਆਰਟ ਟੈਕਨੋਲੋਜੀ ਦੇ ਨਾਲ ਲੱਗ ਰਹੇ ਹੈ। ਹੁਣ ਮੇਰੀ ਸਾਰਿਆਂ ਨੂੰ ਤੁਹਾਡੇ ਰਾਹੀਂ ਇਹੀ ਅਪੀਲ ਹੈ ਕਿ ਹਰ ਨਾਗਰਿਕ ਇਹਨੂੰ ਆਪਣਾ ਜਿਹੜਾ ਹੈ ਡਿਊਟੀ ਸਮਝਦੇ ਹੋਏ ਟ੍ਰੈਫਿਕ ਕੰਪਲਾਇੰਸ ਆਪਣੀ ਵਧਾਏ, ਤਾਂ ਕਿ ਕੈਮਰਾ ਤਾਂ ਇੱਕ ਜ਼ਰੂਰ ਉੱਥੇ ਇਸ ਵਾਸਤੇ ਹੈ ਕਿ ਜਿਹੜਾ ਫਿਰ ਵੀ ਵਾਇਲੇਸ਼ਨ ਕਰਦਾ ਹੈ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਸੁਨਿਸ਼ਚਿਤ ਕੀਤੀ ਜਾਵੇ। ਕੀ ਪਾਇਲਟ ਪ੍ਰੋਜੈਕਟ 'ਚ ਵੀ ਹਰੇਕ ਵਿਅਕਤੀ ਦਾ ਚਲਾਨ ਕੱਟਿਆ ਜਾਊਗਾ ਜਿਹੜਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ?
ਹਾਂਜੀ ਬਿਲਕੁਲ, ਇਹ ਕੈਮਰਾ ਇਸ ਕਰਕੇ ਹੀ ਲੱਗੇ ਨੇ ਕਿ ਜਿਵੇਂ ਕੋਈ ਜੇ ਰੈੱਡ ਲਾਈਟ ਜੰਪ ਕਰਦੇ ਆ ਜਾਂ ਜਦ ਵੀ ਕੋਈ ਗੱਡੀ ਰੈੱਡ ਲਾਈਟ ਦੇ ਉੱਤੇ ਆਉਂਦੀ ਹੈ ਤਾਂ ਉਹਦੀ ਨੰਬਰ ਪਲੇਟ ਦੀ ਫੋਟੋ ਖਿੱਚ ਕੇ ਸਾਡੇ ਕੰਟਰੋਲ ਰੂਮ 'ਚ ਜਾਏਗੀ। ਜੇ ਕੋਈ ਵੀ ਵਾਇਲੇਸ਼ਨ ਉਸਦੇ ਵਿੱਚ ਪਾਈ ਜਾਂਦੀ ਹੈ ਤਾਂ ਵਾਹਨ ਸਿਸਟਮ ਜਿਹੜਾ NIC ਬੇਸ ਸਿਸਟਮ ਹੈ ਜਿਹਦੇ ਉੱਤੇ ਸਾਰੀ ਜਿਹੜੀ ਵਹੀਕਲਸ ਰਜਿਸਟਰਡ ਨੇ ਉਹਦੀ ਐਂਟਰੀ ਹੈ, ਉਸ ਵਾਹਨ ਸਿਸਟਮ ਦੇ ਨਾਲ ਇਹਦੀ ਇੰਟੀਗ੍ਰੇਸ਼ਨ ਹੈ ਅਤੇ ਉਹ ਚਲਾਨ ਕੰਸਰਨਡ ਐਪਲੀਕੈਂਟ ਦੇ ਐਡਰੈਸ 'ਤੇ ਭੇਜਿਆ ਜਾਏਗਾ। ਟ੍ਰੈਫਿਕ ਮੁਲਾਜ਼ਮਾਂ ਨੂੰ ਕਿੰਨੀ ਨਿਜਾਤ ਮਿਲੂਗੀ ਜੇਕਰ ਕੈਮਰੇ ਲੱਗਦੇ ਆ? ਕਿੰਨੇ ਕੁ ਮਤਲਬ ਉਹ ਫ੍ਰੀ ਹੋ ਜਾਣਗੇ? ਜਾਂ ਆਪਾਂ ਕੀ ਉਹ ਔਨ ਦੀ ਰਿਕਾਰਡਡ ਡਿਊਟੀ ਕਰਦੇ ਆ, ਮਤਲਬ ਫੀਲਡ ਡਿਊਟੀ ਕਰਦੇ ਹੋ, ਬਹਿ ਕੇ ਵੋਰ ਰੂਮ 'ਚ ਡਿਊਟੀ ਕਰ ਸਕਦੇ? ਹਾਂਜੀ ਬਿਲਕੁਲ, ਦੇਖੀਏ ਕੈਮਰਾ ਇਜ਼ ਲਾਈਕ ਐਨ ਇਨਵਿਜ਼ੀਬਲ ਕੋਪ ਔਨ ਦਾ ਰੋਡ, ਅਤੇ ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲਾਂ ਦੇ ਵਿੱਚ ਇੱਥੇ ਟ੍ਰੈਫਿਕ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ ਹੈ, ਔਰ ਉਸਨੂੰ ਦੇਖਦੇ ਹੋਏ ਸਾਨੂੰ ਹਮੇਸ਼ਾ ਹੀ ਜਿੰਨੇ ਮਰਜ਼ੀ ਅਸੀਂ ਸਟਰੈਂਥ ਵਧਾ ਲਈਏ ਲੇਕਿਨ ਰੋਡਸ ਦੇ ਉੱਤੇ ਟ੍ਰੈਫਿਕ ਕੋਪਸ ਦੀ ਫਿਰ ਵੀ ਘਾਟ ਹੀ ਰਹਿੰਦੀ ਹੈ। ਤਾਂ ਮੈਂ ਸਮਝਦੀ ਹਾਂ ਕਿ ਟ੍ਰੈਫਿਕ ਪੁਲਿਸ ਨੂੰ ਕਾਫੀ ਇਹਦੇ ਨਾਲ ਜਿਹੜੀ ਹੈ ਰਾਹਤ ਮਿਲੇਗੀ ਔਰ ਉਹਨਾਂ ਉਹ ਸਸ਼ਕਤ ਹੋਣਗੇ ਕਿ ਅੱਗੇ ਵਾਇਲੇਸ਼ਨ ਨੂੰ ਹੋਰ ਘਟਾ ਸਕੀਏ। ਮੋਹਾਲੀ 'ਚ ਅਕਸਰ ਦੇਖਿਆ ਜਾਂਦਾ ਕਿ ਫੋਨ ਘੁਮਾ ਦਿੰਦੇ ਆ, ਚਲੋ ਜਿਹੜਾ ਉੱਥੇ ਖੜਾ ਇੰਚਾਰਜ ਮੌਕੇ 'ਤੇ ਖੜਾ ਉਹਨੂੰ ਫੋਨ ਲਾ ਕੇ ਦੇ ਦਿੰਦੇ, ਲੋਕ ਗੱਲ ਕਰ ਲਓ, ਉਹ ਛੱਡ ਦਿੰਦੇ, ਮਤਲਬ ਹੁਣ ਉਹ ਛੱਡੇ ਨਹੀਂ ਜਾਣਗੇ? ਦੇਖੋ ਜੀ, ਤੁਸੀਂ ਸੁਣਿਆ ਹੋਣਾ, ਹਮੇਸ਼ਾ ਸਾਡੇ ਮਾਨਯੋਗ CM ਸਾਹਿਬ ਵੀ ਇਹੀ ਕਹਿੰਦੇ ਹੈ ਕਿ ਜਿਹੜਾ ਮੁਲਾਜ਼ਮ ਸੜਕ ਦੇ ਉੱਤੇ ਖੜ ਕੇ ਚਲਾਨ ਕਰਦਾ ਹੈ ਉਹ ਤੁਹਾਡਾ ਨੁਕਸਾਨ ਨਹੀਂ ਕਰ ਰਿਹਾ, ਜਦੋਂ ਤੁਹਾਡਾ ਚਲਾਨ ਕੱਟਦਾ ਹੈ ਤਾਂ ਤੁਹਾਨੂੰ ਬਚਾ ਰਿਹਾ ਅੱਗੇ ਕਿਸੇ ਹੋਰ ਵੱਡੇ ਖਦਸ਼ੇ ਤੋਂ, ਅੱਗੇ ਕੋਈ ਵੱਡੀ ਦੁਰਘਟਨਾ ਘਟ ਜਾਵੇ ਉਸ ਤੋਂ ਬਿਹਤਰ ਇਹ ਹੈ ਕਿ ਚਲਾਨ ਲੈ ਕੇ ਬੰਦਾ ਸੁਧਰ ਜਾਂਦਾ ਹੈ। ਅਤੇ ਬਹੁਤ ਜ਼ਰੂਰੀ ਹੈ ਕਿ ਨਿਯਮਾਂ ਦੀ ਕੰਪਲਾਇੰਸ ਕੀਤੀ ਜਾਵੇ ਤਾਂ ਕਿ ਸਾਡੀਆਂ ਜਾਨਾਂ ਬਚਾਈ ਜਾ ਸਕੇ। ਸ਼ਹਿਰ ਤੋਂ ਬਾਅਦ ਪੂਰੇ, ਆਖਰੀ ਸਵਾਲ ਮੇਰਾ, ਸ਼ਹਿਰ ਤੋਂ ਬਾਅਦ ਪੂਰੇ ਜ਼ਿਲ੍ਹੇ 'ਚ ਕਦੋਂ ਇਹ ਸਿਸਟਮ ਜਾ ਰਿਹਾ ਹੈਗਾ? ਹਾਂਜੀ, ਗ੍ਰੈਜੁਅਲੀ ਅਸੀਂ ਸਾਰੇ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨੂੰ ਐਕਸਟੈਂਡ ਕਰਾਂਗੇ। ਠੀਕ ਹੈ। ਤਾਂ ਇਸ਼ਨ, ਮੋਹਾਲੀ ਦੇ DC ਆਸ਼ਕਾ ਜੈਨ ਜੋ ਕਹਿ ਰਹੇ ਹੈ ਕਿ ਮੁਲਾਜ਼ਮਾਂ 'ਤੇ ਬੋਝ ਵੀ ਘਟੂਗਾ ਸੁਭਾਵਿਕ ਤੌਰ 'ਤੇ, ਇੱਕ ਕੈਮਰਾ ਟ੍ਰੈਫਿਕ ਕੋਪ ਹੀ ਹੋਊਗਾ, ਉਸ ਦੀ ਅੱਖ ਤੋਂ ਹੁਣ ਬਚਣਾ ਮੁਸ਼ਕਿਲ ਹੈ। ਚੰਡੀਗੜ੍ਹ ਦੀ ਤਰਜ਼ 'ਤੇ ਹੁਣ ਮੋਹਾਲੀ 'ਚ ਵੀ CCTV ਦੀ ਨਿਗਾਹ ਰਹੂਗੀ ਅਤੇ ਇਸ ਵਕਤ ਸਪੈਸ਼ਲ DGP ਮੇਰੇ ਨਾਮ ਜਿੱਦਾਂ ਗੱਲਬਾਤ ਕਰਨ ਸਰ, ਚੰਡੀਗੜ੍ਹ ਦੀ ਤਰਜ਼ 'ਤੇ ਮੋਹਾਲੀ 'ਚ CCTV ਲੱਗਣਗੇ, ਕਿਸ ਤਰ੍ਹਾਂ ਲੱਗ ਰਹੇ ਹੈ ਔਰ ਕਿੰਨੇ ਕੁ ਲੱਗ ਰਹੇ ਹੈ? ਦੇਖੋ, ਇਹ ਸਾਡਾ ਇੱਕ ਪਾਇਲਟ ਪ੍ਰੋਜੈਕਟ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹੀ ਜਿਹੜੇ ਡਰਾਈਵਰਸ ਹੁੰਦੇ ਆ ਚੰਡੀਗੜ੍ਹ ਤੋਂ ਜਦੋਂ ਮੋਹਾਲੀ ਐਂਟਰ ਕਰਦੇ ਆ ਉਹ ਟ੍ਰੈਫਿਕ ਰੂਲਸ ਨਹੀਂ ਫੋਲੋ ਕਰਦੇ ਆ, ਕਿਉਂਕਿ ਕੈਮਰਾਸ ਜਿਹੜਾ ਹੈ ਉਹ ਡਿਟਰੈਂਟ ਹੁੰਦਾ ਹੈ। ਕਿਸੇ ਵੀ ਇਨਸਾਨ ਦੀ ਫਿਤਰਤ ਹੁੰਦੀ, ਜਦੋਂ ਉਹਨੂੰ ਪਤਾ ਹੁੰਦਾ ਕਿ ਉਹ ਅਬਜ਼ਰਵਡ ਹੈ, ਅੰਡਰ ਅਬਜ਼ਰਵੇਸ਼ਨ ਹੈ, ਉਹ ਆਪਣਾ ਬਿਹੇਵੀਅਰ ਆਟੋਮੈਟਿਕਲੀ ਚੇਂਜ ਕਰ ਲੈਂਦਾ। ਤਾਂ ਇਹ ਪਾਇਲਟ ਪ੍ਰੋਜੈਕਟ ਹੈ, DC ਐਡਮਿਨਿਸਟ੍ਰੇਸ਼ਨ ਮੋਹਾਲੀ ਨੇ ਜਿਹੜਾ ਲਿਆ ਹੋਇਆ, ਐਂਡ ਵਿਦ ਇਨ ਦਿਸ ਅਸੀਂ ਪਹਿਲਾਂ 10 ਜੰਕਸ਼ਨਸ ਕਵਰ ਕਰਕੇ 400 ਕੈਮਰਾ, ਜਿਹਦੇ 'ਚ 200 ANPR ਕੈਮਰਾ, ਉਹ ਕਵਰ ਕਰਕੇ ਹੌਲੀ ਹੌਲੀ ਇਹਨੂੰ ਪੂਰਾ ਵਧਾ ਕੇ ਪੂਰਾ ਮੋਹਾਲੀ ਅਸੀਂ ਕਰਨ ਦੀ ਯੋਜਨਾ ਬਣਾਈ ਹੋਈ ਹੈ। ਮੋਹਾਲੀ ਖਾਸ ਕਰਕੇ ਚੁਣਨ ਦੀ ਵਜ੍ਹਾ ਕੀ ਰਹੀ ਹੈਗੀ ਹੈ ਕਿ ਕਦ ਮੋਹਾਲੀ ਨੂੰ ਪਹਿਲਾਂ ਚੁਣਿਆ ਜਾਵੇ? ਮੋਹਾਲੀ ਇਸ ਕਰਕੇ ਚੁਣਿਆ ਗਿਆ ਕਿ ਇਟਸ ਪਾਰਟ ਆਫ ਦ ਟ੍ਰਾਈ ਸਿਟੀ, ਇਹ ਕੈਪੀਟਲ ਰੀਜਨ ਹੈ ਆਪਣਾ, ਸਾਰੇ ਪੰਜਾਬ ਤੋਂ ਵੀ ਲੋਕ ਇੱਥੇ ਆਉਂਦੇ ਬਿਕੋਜ਼ ਸਾਡਾ ਵੀ ਕੈਪੀਟਲ ਹੈ, ਪੰਜਾਬ ਦਾ ਵੀ ਕੈਪੀਟਲ ਹੈ। ਐਂਡ ਅਸੀਂ ਇਹੀ ਦੇਖਣ ਵਿੱਚ ਆਇਆ ਕਿ ਇਹੀ ਕੰਪਲੇਂਟ ਆਉਂਦੀ ਹੈ ਕਿ ਜਦੋਂ ਮੋਹਾਲੀ ਚੰਡੀਗੜ੍ਹ ਦਾ ਜੁਰਿਸਡਿਕਸ਼ਨ ਚੇਂਜ ਹੁੰਦਾ ਹੈ ਲੋਕਾਂ ਦਾ ਬਿਹੇਵੀਅਰ ਚੇਂਜ ਹੋ ਜਾਂਦਾ ਹੈ। ਤਾਂ ਆਹ ਇੱਕ ਸਪੈਸ਼ਲ ਰੀਜਨ ਹੈ ਕਿ ਅਸੀਂ ਮੋਹਾਲੀ ਇਸ ਕਰਕੇ ਚੁਣਿਆ ਹੋਇਆ। ਅਕਸਰ ਦੇਖਿਆ ਕਿ ਮੋਹਾਲੀ 'ਚ ਕੋਈ ਸੀਟ ਬੈਲਟ ਬਹੁਤ ਘੱਟ ਲਾਉਂਦੇ ਹੈਗੇ, ਟ੍ਰੈਫਿਕ ਰੂਲ ਹੈਲਮਟ ਨਹੀਂ ਪਾਉਂਦੇ ਹੈਗੇ ਨੌਜਵਾਨ, ਇਸੇ ਕਰਕੇ ਐਕਸੀਡੈਂਟ ਵੀ ਹੁੰਦੇ, ਬਹੁਤ ਸਾਰੇ ਕਾਰਨ ਵੀ ਐਕਸੀਡੈਂਟ ਦੇ ਬਣਦੇ ਹੈਗੇ। ਕੀ ਇਕੱਲਾ ਡਰ ਹੀ ਪੈਦਾ ਕਰਕੇ ਇਹ ਸਾਰੀਆਂ ਚੀਜ਼ਾਂ ਕੰਟਰੋਲ ਕੀਤੀਆਂ ਜਾ ਸਕਦੀਆਂ? ਨਹੀਂ ਨਹੀਂ, ਡਰ ਇਜ਼ ਇਨੀਸ਼ੀਏਟਿੰਗ, ਜਦੋਂ ਤੁਸੀਂ ਇੱਕ ਵਾਰੀ ਡਰ ਹੁੰਦਾ ਉਸ ਤੋਂ ਬਾਅਦ ਧੀਰੇ ਧੀਰੇ ਕੋਈ ਵੀ ਚੀਜ਼, ਦੇਖੋ ਬੱਚੇ ਨੂੰ ਤੁਸੀਂ ਕੋਈ ਚੀਜ਼ ਸਿਖਾਓ ਬਾਰ ਬਾਰ ਕਰੂਗਾ ਤਾਂ ਉਹਦੀ ਹੈਬਿਟ ਬਣ ਜਾਂਦੀ ਹੈ, ਸ਼ੁਰੂ 'ਚ ਇਹ ਚੀਜ਼ ਡਰ ਹੁੰਦੀ ਬਾਅਦ 'ਚ ਇਹ ਚੀਜ਼ ਹੈਬਿਟ ਬਣ ਜਾਂਦੀ ਹੈ। ਕਿੰਨੇ ਸਮਾਂ ਤੁਸੀਂ ਤੈਅ ਕੀਤਾ ਵੀ ਇੰਨੇ ਸਮੇਂ ਦੇ ਵਿੱਚ ਪਾਇਲਟ ਪ੍ਰੋਜੈਕਟ ਚਲਾਉਣਾ, ਇਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ?
ਨਹੀਂ ਨਹੀਂ ਪਾਇਲਟ ਪ੍ਰੋਜੈਕਟ ਤੋਂ ਦੇਖੋ ਇਹ ਜਦੋਂ ਅੱਜ ਫਾਊਂਡੇਸ਼ਨ ਸਟੈਂਡ ਲਓ ਇਹ 3 ਤੋਂ ਲੈ ਕੇ 6 ਮਹੀਨੇ ਲੱਗਣਗੇ ਇਹਨੂੰ ਪੂਰਾ ਕੰਪਲੀਟ ਹੋਣ 'ਚ। ਅਸੀਂ ਨਾਲ ਦੇ ਨਾਲ ਇਸ ਪ੍ਰੋਜੈਕਟ ਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਸੈਂਡਿੰਗ ਮੋਰ ਪ੍ਰਪੋਜ਼ਲ ਟੂ ਦ ਗਵਰਨਮੈਂਟ। ਪਾਇਲਟ ਪ੍ਰੋਜੈਕਟ 'ਚ ਵੀ ਲੋਕਾਂ ਦੇ ਚਲਾਨ ਹੋਣਗੇ ਉਸੇ ਤਰੀਕੇ ਨਾਲ ਘਰਾਂ ਦੇ ਵਿੱਚ ਜਾਣਗੇ? ਨਹੀਂ ਅਫਕੋਰਸ ਚਲਾਨ ਹੋਣਗੇ, ਚਲਾਨ ਹੋਣਗੇ ਤਾਂ ਹੀ ਤਾਂ ਪਤਾ ਲੱਗੂਗਾ ਚਲਾ ਪਾਇਲਟ ਪ੍ਰੋਜੈਕਟ ਸਕਸੈਸਫੁਲ ਹੋਇਆ ਕਿ ਨਹੀਂ ਹੋਇਆ। ਕਿੰਨੇ ਪੁਆਇੰਟ 'ਤੇ ਜਿਹੜਾ ਪਾਇਲਟ ਪ੍ਰੋਜੈਕਟ ਲੱਗ ਰਿਹਾ? ਆਪਣੇ ਕੋਲ ਦੇਖੋ ਪੂਰੇ 10 ਜੰਕਸ਼ਨਸ ਹੈਗੇ ਨੇ ਜਿਹਦੇ 'ਚ 200 ਕੈਮਰਾ ਹੋਣਗੇ ਜਿਹੜੇ ਆਟੋਮੈਟਿਕ ਨੰਬਰ ਪਲੇਟ ਰੀਡਿੰਗ ਕਰਨਗੇ ਜਿੱਥੋਂ ਚਲਾਨ ਜਨਰੇਟ ਹੋਊਗਾ। ਅਤੇ ਇੱਕ ਵਾਰ ਰੂਮ ਬਣੂਗਾ ਇਸ ਦੇ ਸਪੈਸ਼ਲ? ਸੋਹਾਨਾ ਪੁਲਿਸ ਸਟੇਸ਼ਨ 'ਚ ਹੈ ਜਿਹੜਾ ਕੰਟਰੋਲ ਰੂਮ ਹੋਊਗਾ ਜਿੱਥੇ ਦੇਖੋ ਹਜ਼ਾਰਾਂ ਵਾਇਲੇਸ਼ਨਸ ਹੋਣਗੀਆਂ। ਤੁਸੀਂ ਹਜ਼ਾਰਾਂ ਚਲਾਨ ਨਹੀਂ, ਦੇਖੋ ਅਸੀਂ ਪਨਿਸ਼ ਨਹੀਂ ਕਰਨਾ, ਅਸੀਂ ਐਜੂਕੇਟ ਕਰਨਾ। ਤਾਂ ਉਹਦੇ ਜਿਹੜੇ ਓਫੈਂਸਿਸ ਹੋਣਗੇ ਸੀਰੀਅਸ ਉਹ ਸਿਲੈਕਟ ਕਰਕੇ ਉਹਨਾਂ ਨੂੰ ਪਹਿਲਾਂ ਚਲਾਨ ਦਿੱਤੀ। ਥੈਂਕ ਯੂ। ਤਾਂ ਹੁਣ ਮੋਹਾਲੀ ਦੇ ਵਿੱਚ ਵੀ ਚੰਡੀਗੜ੍ਹ ਦੀ ਤਰਜ਼ 'ਤੇ ਜੇਕਰ ਤੁਸੀਂ ਰੈੱਡ ਲਾਈਟ ਜੰਪ ਕਰਦੇ ਹੋ, ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਹੋਇਆ, ਜੇਕਰ ਤੁਹਾਡੀ ਗੱਡੀ ਦੀ ਨੰਬਰ ਪਲੇਟ ਸਹੀ ਨਹੀਂ, ਤਾਂ ਤੁਹਾਡੇ ਘਰ ਦੇ ਵਿੱਚ ਕੈਮਰੇ ਦੇ ਰਾਹੀਂ ਹੁਣ ਚਲਾਨ ਆ ਜੂਗਾ। ਤਾਂ ਤੁਹਾਨੂੰ ਮੋਹਾਲੀ ਦੇ ਵਿੱਚ ਸੁਚੇਤ ਰਹਿਣਾ ਪਊਗਾ ਕਿਉਂਕਿ ਸੋਹਾਣਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਾਰ ਰੂਮ ਬਣ ਰਿਹਾ, ਇੱਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ। ਉਸ ਤੋਂ ਬਾਅਦ ਇਹ ਪੂਰੇ ਪੰਜਾਬ ਦੇ ਵਿੱਚ ਲਾਗੂ ਹੌਲੀ ਹੌਲੀ ਕੀਤਾ ਜਾਣਾ। ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਮੇਰੇ ਨਾਲ ਮੌਜੂਦ ਹੈ ਅਤੇ ਮੋਹਾਲੀ 'ਚ ਪਾਇਲਟ ਪ੍ਰੋਜੈਕਟ ਲੱਗ ਰਿਹਾ, ਕੈਮਰੇ ਦੀ ਅੱਖ ਤੋਂ ਹੁਣ ਕੋਈ ਨਹੀਂ ਬਚ ਸਕੂਗਾ। ਗੱਲਬਾਤ ਕਰ ਲੈਂਦੇ ਹਾਂ, ਕੈਮਰੇ ਦੀ ਅੱਖ ਤੋਂ ਹੁਣ ਕੋਈ ਨਹੀਂ ਬਚ ਸਕੂਗਾ ਮੋਹਾਲੀ 'ਚ? ਬਿਲਕੁਲ ਨਹੀਂ, ਕੋਈ ਨਹੀਂ ਬਚ ਸਕੂਗਾ ਕਿਉਂਕਿ ਜਿਹੜਾ ਇਹ ਪਾਇਲਟ ਪ੍ਰੋਜੈਕਟ ਹੈ ਇਹ 17.5 ਕਰੋੜ ਰੁਪਏ ਦੀ ਲਾਗਤ ਨਾਲ ਲੱਗ ਰਿਹਾ ਔਰ ਜਿਹਦਾ ਅਸੀਂ ਹੁਣੇ ਹੁਣੇ ਫਾਊਂਡੇਸ਼ਨ ਸਟੋਨ ਕੀਤਾ ਔਰ 450 ਕੈਮਰਾ ਜਿਹੜਾ 18 ਜੰਕਸ਼ਨ ਪੁਆਇੰਟਾਂ 'ਤੇ ਲੱਗ ਰਿਹਾ। ਕੋਈ ਵੀ ਪੁਆਇੰਟ ਐਸਾ ਨਹੀਂ ਹੋਊਗਾ ਜਿਹੜੀ ਕੈਮਰੇ ਦੀ ਅੱਖ ਥੱਲੇ ਨਹੀਂ ਹੋਊਗਾ ਔਰ ਕਿਸੇ ਕਿਸਮ ਦੀ ਗੈਰ ਕਾਨੂੰਨੀ ਐਕਟੀਵਿਟੀ ਹੈ ਜਿਹੜੀ ਉਹ ਮੋਹਾਲੀ ਸ਼ਹਿਰ ਦੇ ਵਿੱਚ ਹੁਣ ਹੋ ਨਹੀਂ ਸਕੂਗਾ, ਇਸ ਗੱਲ ਦੀ ਮੈਂ ਗਰੰਟੀ ਦਿੰਦਾ। ਔਰ ਮੇਰਾ ਬੜਾ ਸੁਪਨਾ ਸੀ ਜਦੋਂ ਦਾ ਮੈਂ MLA ਬਣਿਆ ਸੀ, MLA ਤੋਂ ਪਹਿਲਾਂ ਵੀ ਜਦੋਂ ਮੈਂ ਮੇਅਰ ਸੀ ਉਦੋਂ ਵੀ ਮੇਰਾ ਸੁਪਨਾ ਸੀ। ਉਹ ਇਸ ਵਾਲਾ ਬੜੀ ਦੇਰ ਕਰਦੀ ਆਤੇ ਸਿਨਮਾ, ਹੈ ਨਾ, ਮਤਲਬ ਚੰਡੀਗੜ੍ਹ 'ਚ ਤਾਂ ਪ੍ਰਸ਼ਾਸਨ ਨੇ ਲੱਖਾਂ ਰੁਪਏ ਵੀ ਕਮਾ ਲਿਆ ਹੋਊਗਾ, ਲੋਕਾਂ ਨੂੰ ਨਿਯਮ ਵੀ ਸਿਖਾ ਤੇ, ਪਰ ਮੋਹਾਲੀ 'ਚ ਬੜੀ ਦੇਰ ਹੋ ਗਈ। ਸਰਕਾਰ ਦਾ ਵੈਸੇ ਕਮਾਈ ਕਰਨਾ ਤਾਂ ਕੰਮ ਨਹੀਂ ਹੁੰਦਾ ਹੈਗਾ, ਲੋਕਾਂ ਨੂੰ ਰਾਹ ਦੇਣਾ ਕੰਮ ਆਉਂਦਾ ਅਤੇ ਕਾਨੂੰਨ ਦੇ ਦਾਇਰੇ 'ਚ ਰੱਖ ਕੇ ਉਹਨਾਂ ਨੂੰ ਸਿਹਤ ਯਾਬ ਰੱਖਣਾ ਜ਼ਰੂਰੀ ਹੁੰਦਾ। ਲੇਕਿਨ ਜਦੋਂ ਮੈਂ ਮੇਅਰ ਸੀ ਉਦੋਂ ਵੀ ਮੈਂ ਕੋਸ਼ਿਸ਼ ਕੀਤੀ, ਮੈਂ ਮਤਾ ਪਾਇਆ, ਮੌਕੇ ਦੀ ਸਰਕਾਰ ਨੇ ਮਨਜ਼ੂਰ ਨਹੀਂ ਹੋਣ ਦਿੱਤਾ। ਸਾਡੇ ਕੋਲ ਪੈਸਾ ਵੀ ਸੀ, ਨਾ ਹੀ ਕੋਈ ਟੈਕਨੀਕਲ ਸਪੋਰਟ ਦਿੱਤੀ, ਜਿਹਦੇ ਕਰਕੇ ਮੈਂ ਕਾਮਯਾਬ ਨਹੀਂ ਹੋ ਸਕਿਆ। ਲੇਕਿਨ ਜਦੋਂ ਹੀ ਆਮ ਆਦਮੀ ਪਾਰਟੀ ਸਰਕਾਰ ਬਣੀ, ਪਹਿਲਾ ਬਜਟ ਪੇਸ਼ ਕੀਤਾ, ਪਹਿਲੇ ਬਜਟ ਵਿੱਚ ਹੀ 5 ਕਰੋੜ ਰੁਪਈਆ ਜਿਹੜਾ ਰਖਾਇਆ ਗਿਆ ਅਤੇ ਹੁਣ 17.5 ਕਰੋੜ ਰੁਪਈਏ ਦੀ ਜਿਹੜੀ ਮਨਜ਼ੂਰੀ ਮਿਲੀ ਹੋਈ ਆ, ਜਿਹਦੇ ਵਿੱਚੋਂ 10 ਕਰੋੜ ਰੁਪਈਆ ਪਹੁੰਚ ਚੁੱਕਿਆ ਅਤੇ 6-7.5 ਕਰੋੜ ਰੁਪਈਆ ਵੀ ਜਲਦੀ ਪਹੁੰਚ ਚੁੱਕੂਗਾ। ਅਤੇ ਮੈਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇਸ ਵੱਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਸੀਰੀਅਸ ਲੈਂਦੇ ਹੋਏ ਮੇਰੀ ਬੇਨਤੀ ਪ੍ਰਬੰਧ ਕਰਦੇ ਹੋਏ ਇਹ ਕੰਮ ਆ ਜਿਹੜਾ ਦਿਨਾਂ 'ਚ ਕਰਕੇ ਦਿਖਾਤਾ ਅਤੇ ਹੁਣ ਮੋਹਾਲੀ ਵਾਸੀਆਂ ਨੂੰ ਜਿਹੜਾ ਜਿਹੜੇ ਕ੍ਰਾਈਮ ਤੋਂ ਵੀ ਰਾਹਤ ਮਿਲੂਗੀ ਔਰ ਜਿਹੜੀ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹ ਵੀ ਹੁਣ ਕਰ ਨਹੀਂ ਸਕਣਗੇ। ਬਹੁਤ ਸਾਰੀ ਚੀਜ਼ਾਂ ਦੇ ਉਦਘਾਟਨ ਹੋ ਜਾਂਦੇ ਪਰ ਸਿਰੇ ਨਹੀਂ ਚੜ੍ਹਦੀਆਂ, ਹੁਣ ਇਹ ਕਦੋਂ ਸਿਰੇ ਚੜ੍ਹ ਜੂਗਾ? ਕੀ ਲੱਗਦਾ ਕਦੋਂ ਤੱਕ ਸਿਰੇ ਚੜ੍ਹ ਜੂਗਾ ਔਰ ਕਦੋਂ ਤੱਕ ਲੋਕਾਂ ਨੂੰ ਘਰਾਂ ਦੇ ਵਿੱਚ ਚਲਾਉਣ ਆਉਣੇ ਸ਼ੁਰੂ ਹੋਣੇ ਆ? ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿੰਦੀ ਆ ਉਹ ਕਰਦੀ ਆ, ਉਹ ਇੱਦਾਂ ਖਾਲੀ ਉਦਘਾਟਨ ਨਹੀਂ ਕਰਦੀ ਹੈਗੀ, ਪਹਿਲਾਂ ਸਾਰੀਆਂ ਫਾਰਮੈਲਟੀਆਂ ਮੁਕੰਮਲ ਕਰਕੇ ਫਿਰ ਕੰਮ ਕਰਦੀ ਆ। ਮੋਹਾਲੀ ਦੇ ਵਿੱਚ 3 ਪਾਇਲਟ ਪ੍ਰੋਜੈਕਟ ਇਸ ਵਕਤ ਚੱਲ ਰਹੇ ਨੇ ਸ਼ਹਿਰ ਦੇ ਵਿੱਚ। ਨੰਬਰ 1 ਚੌਂਕ ਕਿਹਾ ਸੀ ਬਣਾਵਾਂਗੇ, 12 ਚੌਂਕ ਬਣ ਰਹੇ ਨੇ, ਸ਼ੁਰੂ ਹੋ ਚੁੱਕੇ। ਤੁਸੀਂ ਦੇਖਿਆ ਵੀ ਬਹੁਤ ਐਕਸੀਡੈਂਟ ਹੁੰਦੇ ਸੀ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਮੋਹਾਲੀ ਜਦੋਂ ਚੰਡੀਗੜ੍ਹ ਚੌਂਕਾਂ ਦਾ ਸ਼ਹਿਰ ਵੱਜਦਾ, ਮੋਹਾਲੀ ਵੀ ਚੌਂਕਾਂ ਦਾ ਸ਼ਹਿਰ ਵੱਜੂਗਾ। ਦੂਸਰੀ ਗੱਲ, 3 ਰੋਡ ਡਬਲ ਕਰਨੀਆਂ ਸੀ, ਅਸੀਂ 4 ਲੇਨ ਬਣਾਉਣੀਆਂ ਸੀ, ਉਹਨਾਂ ਦਾ ਕੰਮ ਵੀ ਆਲਰੇਡੀ ਚੱਲ ਰਿਹਾ ਸ਼ੁਰੂ ਹੋ ਚੁੱਕਿਆ। ਅਤੇ ਇਹ ਜਿਹੜੇ ਜਿਸ ਤੱਕ ਇਹਦਾ ਕੰਮ ਆ ਜਿਹੜਾ 17.6 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਕੈਮਰਿਆਂ ਦਾ, ਇਹਨੂੰ 4 ਦਿਨ ਕੰਮ ਨੂੰ ਸ਼ੁਰੂ ਹੋਏ ਨੂੰ ਹੋ ਗਏ, ਪਹਿਲਾਂ ਬਕਾਇਦਾ ਤੌਰ 'ਤੇ ਸਾਰੀ ਲੇਬਰ ਲੂਬਰ ਦਾ ਕੰਮ ਮੁਕੰਮਲ ਕਰਕੇ
ਫਿਰ ਅੱਜ ਅਸੀਂ ਫਾਊਂਡੇਸ਼ਨ ਸਟੋਨ ਇਹਦਾ ਕੀਤਾ ਔਰ 3 ਮਹੀਨੇ ਦੇ ਰਿਕਾਰਡ ਟਾਈਮ ਦੇ ਵਿੱਚ 30 ਸਤੰਬਰ ਤੱਕ ਅਸੀਂ ਇਹਨੂੰ ਬਕਾਇਦਾ ਤੌਰ 'ਤੇ ਚੱਲਦਾ ਕਰਾਂਗੇ। ਠੀਕ ਹੈ, ਇਹਨੂੰ ਚੱਲਦਾ ਕਰ ਦੋਗੇ ਤੁਸੀਂ, ਕਿਹਾ ਕਿ ਮੋਹਾਲੀ 'ਚ 3 ਪਾਇਲਟ ਪ੍ਰੋਜੈਕਟ ਚੱਲ ਰਿਹਾ, ਪਰ ਇੱਕ ਜਦੋਂ ਟਰਾਈ ਸਿਟੀ ਦਾ ਜ਼ਿਕਰ ਆਉਂਦਾ, ਇੱਕ ਚੀਜ਼ ਦਾ ਜ਼ਿਕਰ ਆਉਂਦਾ ਕਿ ਸਫਾਈ ਟਰਾਈ ਸਿਟੀ 'ਚ ਹੁੰਦੀ ਹੈ, ਮੋਹਾਲੀ ਦੇ ਵਿੱਚ ਇਸ ਵਕਤ ਬੁਰਾ ਹਾਲ ਹੋਇਆ ਪਿਆ, ਨਗਰ ਨਿਗਮ ਤੁਹਾਡੇ 'ਤੇ ਇਲਜ਼ਾਮ ਲਾ ਰਿਹਾ, ਤੁਸੀਂ ਨਗਰ ਨਿਗਮ ਦੇ ਸਿੱਟ ਰਹੇ, ਇਹ ਲੜਾਈ ਚੱਲ ਰਹੀ ਪਰ ਮੋਹਾਲੀ ਵਾਸੀਆਂ ਨੂੰ ਹੱਲ ਨਹੀਂ ਮਿਲ ਰਿਹਾ। ਦੇਖੋ, ਨੰਬਰ ਇੱਕ ਤਾਂ ਜਿਹੜਾ ਸਾਫ਼ ਸਫਾਈ ਦਾ ਕੰਮ ਆ ਜਾਂ ਮੁੱਢਲੀਆਂ ਸਹੂਲਤਾਂ ਦੇਣ ਦਾ ਕੰਮ ਆ, ਉਹ ਕਾਰਪੋਰੇਸ਼ਨ ਦਾ, ਮਿਊਂਸਪਲ ਕਾਰਪੋਰੇਸ਼ਨ ਦਾ। ਮੈਂ ਮੇਅਰ ਸੀ 5 ਸਾਲ ਰਿਹਾ, ਮੈਂ ਇਹ ਦਾਅਵਾ ਕਰਦਾ ਤੁਹਾਡੇ ਚੈਨਲ ਰਾਹੀਂ, ਤੁਹਾਡੇ ਮਾਧਿਅਮ ਰਾਹੀਂ, ਵੀ ਤੁਸੀਂ ਔਨਲਾਈਨ ਆਫਲਾਈਨ ਬੁੱਕ ਚੁੱਕ ਲਓ, ਇੱਕ ਵੀ ਸ਼ਿਕਾਇਤ ਮੈਨੂੰ ਕੋਈ ਸਫਾਈ ਦੀ ਦਿਖਾ ਦਿਓ, ਮੈਂ ਦਾਅਵਾ ਕਰਦਾ ਇਸ ਗੱਲ ਦਾ। 5 ਸਾਲ ਦੇ ਵਿੱਚ ਮਕੈਨੀਕਲ ਸਵੀਪਿੰਗ ਮੈਂ ਲੈ ਕੇ ਆਉਂਦੀ ਉੱਤਰੀ ਭਾਰਤ ਦੇ ਵਿੱਚ ਪਹਿਲੀ ਵਾਰੀ ਸੀ, ਉਦੋਂ ਚੱਲਦੀ ਸੀ ਚੰਡੀਗੜ੍ਹ ਨੇ, ਅੱਜ ਗੱਲ ਕਰਦੇ ਨਾ ਵੀ ਚੰਡੀਗੜ੍ਹ ਦੀ ਵੀ ਕੈਮਰੇ ਜੀ ਚੰਡੀਗੜ੍ਹ 'ਚ ਲੱਗੇ ਹੋਏ ਅਸੀਂ ਲਾਉਣੇ ਨੇ, ਉਸ ਵਕਤ ਚੰਡੀਗੜ੍ਹ ਨੇ ਮੇਰੀ ਰੀਸ ਕੀਤੀ ਸੀ ਸਾਡੀ ਮੋਹਾਲੀ ਦੀ, ਵੀ ਸਵੀਪਿੰਗ ਮਸ਼ੀਨਾਂ ਜਿਹੜੀਆਂ ਮਕੈਨੀਕਲ ਸਵੀਪਿੰਗ ਮਸ਼ੀਨਾਂ ਸੀ ਉਹ ਚੰਡੀਗੜ੍ਹ ਬਾਅਦ 'ਚ ਆਈਆਂ ਸੀ, ਮੋਹਾਲੀ 'ਚ ਪਹਿਲਾਂ ਆਈਆਂ ਸੀ, ਨੌਰਥ ਇੰਡੀਆ 'ਚ ਪਹਿਲਾਂ ਮਸ਼ੀਨਾਂ ਆਈਆਂ ਸੀ, ਉਹ ਪਹਿਲੀ ਵਾਰੀ ਹੋਇਆ ਸੀ ਵੀ ਮਸ਼ੀਨਾਂ ਰਾਤ ਨੂੰ ਸਫਾਈ ਕਰ ਰਹੀਆਂ ਨੇ, ਕਦੇ ਵੀ ਕੋਈ ਸ਼ਿਕਾਇਤ ਨਹੀਂ ਆਈ ਹੈਗੀ। ਲੇਕਿਨ ਜਿੱਦਣ ਦੀ ਇਹ ਸਾਡੇ ਮੇਅਰ ਨੇ ਮਾਨਯੋਗ ਜੀਤੀ ਸਿੱਧੂ ਜੀ, ਉਦੋਂ ਦਾ ਚਾਰਜ ਲਿਆ, ਸਾਰੇ ਮੋਹਾਲੀ ਦਾ ਸਫਾਈ ਦਾ ਬੁਰਾ ਹਾਲ ਆ, ਡਿਵੈਲਪਮੈਂਟ ਦਾ ਬੁਰਾ ਹਾਲ ਆ, ਕੁਛ ਨਹੀਂ ਹੋ ਰਿਹਾ। ਹੱਲ ਕੀ ਲੱਗਦਾ, ਕੀ ਤੁਹਾਨੂੰ ਲੱਗਦਾ ਮਿਲ ਕੇ ਬੈਠ ਕੇ ਆਪਸ ਵਿੱਚ ਕੋਈ ਮੀਟਿੰਗ ਕਰਕੇ ਦੇਣਾ ਤਾਂ ਸ਼ਹਿਰ ਵਾਸੀਆਂ ਨੂੰ ਹੱਲ ਹੈ ਨਾ? ਜਦੋਂ ਵੀ ਮੈਨੂੰ ਇਹਨਾਂ ਨੇ ਕਿਹਾ ਵੀ ਸਾਨੂੰ ਪੈਸੇ ਚਾਹੀਦੇ ਨੇ ਗਮਾਡਾ ਤੋਂ, ਕਹਿੰਦੇ 10 ਕਰੋੜ ਗਿਆ, ਮੈਂ 10 ਕਰੋੜ ਦਵਾਤਾ, ਜਦੋਂ 5 ਕਰੋੜ ਗਿਆ 5 ਕਰੋੜ ਦਵਾਤਾ, ਮੇਰਾ ਸਹਿਯੋਗ ਹਮੇਸ਼ਾ ਰਹਿੰਦਾ, ਹੁਣ ਵੀ ਆ, ਹੁਣ ਵੀ ਮੈਂ ਹੀ ਸਾਰੀਆਂ ਮੀਟਿੰਗਾਂ ਕਰਕੇ, ਜਿਹੜੀ ਸਵੀਪਿੰਗ ਦਾ ਅੱਜ ਕੰਮ ਸ਼ੁਰੂ ਹੋਇਆ ਉਹ ਅੱਜ ਮੈਂ ਹੀ ਸ਼ੁਰੂ ਕਰਵਾਇਆ, ਜਿਹੜਾ ਕੂੜਾ ਚੱਕ ਹੋਣ ਲੱਗਿਆ ਪ੍ਰਾਈਵੇਟ ਪਾਰਟੀ ਨੂੰ ਜਿਹੜਾ ਦਿੱਤਾ, ਨਹੀਂ ਇਹਦਾ ਆਰਾਮ ਨਾਲ ਸੁੱਤੇ ਪਏ ਸੀ, ਕਿਉਂਕਿ ਮੋਹਾਲੀ ਵਾਸਤੇ ਇਹਨਾਂ ਦਾ ਇਹਨਾਂ ਨੂੰ ਕੋਈ ਦਰਦ ਨਹੀਂ ਹੈਗਾ, ਇਸ ਕਰਕੇ ਨਾ ਜੀ ਅਤੇ ਮੈਂ ਇਹ ਵੀੜਾ ਚੁੱਕਿਆ। ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ 2-4 ਦਿਨ ਦੇ ਵਿੱਚ ਕਿਤੇ ਵੀ ਤੁਹਾਨੂੰ ਕੂੜੇ ਦਾ ਢੇਰ ਨਜ਼ਰ ਨਹੀਂ ਆਊਗਾ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਅਤੇ ਸਰ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਜੋ ਕਹਿ ਰਹੇ ਕਿ 3 ਮਹੀਨੇ ਦੇ ਵਿੱਚ ਪ੍ਰੋਜੈਕਟ ਹੈ ਜਿਹੜਾ ਔਨ ਗਰਾਊਂਡ ਹੋ ਜੂਗਾ, ਸ਼ੁਰੂ ਹੋ ਜੂਗਾ, ਪ੍ਰੋਪਰ ਤਰੀਕੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਚਲਾਉਣ ਆਉਣੇ ਸ਼ੁਰੂ ਹੋ ਜਾਣਗੇ, ਜੇਕਰ ਨਿਯਮਾਂ ਦੀ ਉਲੰਘਣਾ ਕਰਦੇ, ਨਾਲ ਦੀ ਨਾਲ ਉਲੰਘਣਾ ਤੋਂ ਬਾਅਦ ਕ੍ਰਾਈਮ 'ਤੇ ਵੀ ਕੰਟਰੋਲ ਹੋਊਗਾ। ਸਭ ਤੋਂ ਵੱਡੀ ਗੱਲ ਉਹ ਕਹਿ ਰਿਹਾ ਕਿ ਸਫਾਈ ਹੈ ਜਿਹੜੀ 10 ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਹੋ ਜੂਗੀ, ਕਿਤੇ ਵੀ ਕੋਈ ਕੂੜਾ ਨਜ਼ਰ ਨਹੀਂ ਆਊਗਾ। ਲੋਕਾਂ ਨੂੰ ਬੜੀ ਸ਼ਿਕਾਇਤ ਸੀ ਵੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਕੰਟਰੋਲ ਬਹੁਤ ਹੁੰਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਨੇ, ਜਗ੍ਹਾ ਜਗ੍ਹਾ ਦੇ ਉੱਤੇ ਸਰਵੀਲੈਂਸ ਹੈ, ਲੇਕਿਨ ਮੋਹਾਲੀ ਦੇ ਵਿੱਚ ਕੁਛ ਨਹੀਂ ਹੈਗਾ। ਅਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਡੇ ਬਹੁਤ ਹੀ ਹੋਣਹਾਰ ਜਿਹੜੇ ਆਫੀਸਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਮੇਰੇ ਨਾਲ ਖੜ੍ਹੇ ਨੇ ਸਰਦ ਸਤਿਆ ਚੌਹਾਨ ਜੀ, ਅਤੇ DGP ਜੀ ਨੇ ਔਰ ਨਾਲ ਇਹ MD ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ, ਜਿਨ੍ਹਾਂ ਨੇ ਇਹ ਸਾਰਾ ਉੱਦਮ ਕੀਤਾ, ਅਤੇ ਨਾਲੇ ਸਾਡੇ ਡਿਊਟੀ ਕਮਿਸ਼ਨਰ ਖੜ੍ਹੇ ਨੇ ਆਸ਼ਿਕਾ ਜੈਨ ਜੀ, ਇਹਨਾਂ ਦੇ ਲਗਾਤਾਰ ਮੈਂ ਬੇਨਤੀਆਂ ਕਰਦਾ ਰਿਹਾ ਅਤੇ ਇਹਨਾਂ ਦੇ ਨਾਲ ਦੀ ਨਾਲ ਮਤਲਬ ਸਾਰਿਆਂ ਨੂੰ ਤਾਲਮੇਲ ਰੱਖਿਆ, ਅਤੇ ਸਾਡੇ SSP ਸਾਹਿਬ ਖੜ੍ਹੇ ਨੇ, ਗਰਗ ਜੀ ਹੋਣਹਾਰ ਸਾਡੇ ਅਫਸਰ ਨੇ, ਅਤੇ ਸਾਰਿਆਂ ਦੇ ਨਾਲ SDO ਸਾਹਿਬ ਸਾਡੇ ਖੜ੍ਹੇ ਨੇ, ਦੀਪਾਂਕਰ ਜੀ, ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਜਿਹੜਾ ਪ੍ਰੋਜੈਕਟ ਆ ਸ਼ੁਰੂ ਹੋਣ ਜਾ ਰਿਹਾ ਔਰ ਇਹ 17 ਕਰੋੜ ਅਤੇ 60 ਲੱਖ ਰੁਪਏ ਦੀ ਲਾਗਤ ਨਾਲ ਬਣ ਜਾ ਰਿਹਾ ਇਹ ਪ੍ਰੋਜੈਕਟ ਆ ਜਿਹੜਾ, ਇਹ ਜਿਹੜੇ ਮੋਹਾਲੀ ਦੇ 18 ਜੰਕਸ਼ਨ ਨੇ ਟ੍ਰੈਫਿਕ ਦੇ, ਉਹਨਾਂ ਨੂੰ ਕੰਟਰੋਲ ਕਰੂਗਾ ਔਰ ਇਹਦੇ ਵਿੱਚ ਕੋਈ ਮੇਰਾ ਖਿਆਲ ਆ ਵੀ 450 ਦੇ ਕਰੀਬ ਕੈਮਰੇ ਨੇ ਜਿਹੜੇ ਉਹ ਲਾਏ ਜਾਣਗੇ, ਹਾਈ ਰੈਜੂਲੇਸ਼ਨ ਕੈਮਰੇ ਨੇ ਜਿਹੜੇ ਬਕਾਇਦਾ ਤੌਰ 'ਤੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਔਰ ਬਕਾਇਦਾ ਤੌਰ 'ਤੇ ਇਹਦੇ ਲਈ ਇੱਕ ਕੰਟਰੋਲ ਰੂਮ ਵੀ ਖੋਲ੍ਹਿਆ ਜਾਊਗਾ ਜਿਹਦੇ ਵਿੱਚ ਹਰ ਟਾਈਮ ਆ ਜਿਹੜੀ ਨਿਗਾਹ ਹੋਊਗੀ ਕੈਮਰਿਆਂ ਦੇ ਉੱਤੇ, ਸਕਰੀਨ ਦੇ ਉੱਤੇ ਜੋ ਵੀ ਵਾਪਰ ਰਿਹਾ ਸ਼ਹਿਰ ਦੇ ਵਿੱਚ ਚੌਂਕਾਂ ਦੇ ਵਿੱਚ, ਉਹਨੂੰ ਬਕਾਇਦਾ ਤੌਰ 'ਤੇ ਮਿੰਟ ਦੀ ਜਾਣਕਾਰੀ ਲਈ ਜਾਊਗੀ ਔਰ ਨਾਲ ਹੀ ਆਟੋਮੈਟਿਕ ਚਲਾਣ ਹੋਣਗੇ ਔਰ ਜਿਹੜੇ ਇਹ ਕੈਮਰੇ ਨੇ ਇਹ ਬਹੁਤ ਹੀ ਜ਼ਿਆਦਾ ਸਫਿਸਟੀਕੇਟਡ ਨੇ, ਹਾਈ ਰੈਜੂਲੇਸ਼ਨ ਨੇ ਔਰ ਇਹਨਾਂ ਵਿੱਚ ਬਕਾਇਦਾ ਤੌਰ 'ਤੇ ਨੰਬਰ ਪਲੇਟ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਨੰਬਰ
ਪੜ੍ਹਨ ਦੀ ਪੂਰੀ ਸਮਰੱਥਾ ਹੈ ਅਤੇ ਜਿਹੜੇ ਲਾਲ ਲਾਈਟ ਨੂੰ ਕ੍ਰੋਸ ਕਰਨਗੇ ਉਹਨਾਂ ਦੇ ਵੀ ਚਲਾਨ ਈਮੇਲ ਚਲਾਨ ਕੀਤੇ ਜਾਣਗੇ, ਜਿਨ੍ਹਾਂ ਨੇ ਹੈਲਮਟ ਨਹੀਂ ਪਾਈ ਹੋਵੇਗੀ ਉਹਨਾਂ ਦੇ ਵੀ ਈਮੇਲ ਚਲਾਨ ਉਹਨਾਂ ਦੇ ਘਰ ਪਹੁੰਚਣਗੇ ਅਤੇ ਬਹੁਤ ਹੀ ਅਤਿ ਆਧੁਨਿਕ ਜਿਹੜੀ ਟੈਕਨੀਕ ਉਹਦੇ ਨਾਲ ਇਹ ਜਿਹੜਾ ਕੰਮ ਕੀਤਾ ਹੋਣ ਜਾ ਰਿਹਾ ਅਤੇ ਮੈਂ ਇਹ ਸਮਝਦਾ ਵੀ ਇਹ ਮੋਹਾਲੀ ਦੇ ਲਈ ਇੱਕ ਤੋਹਫਾ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ, ਜਿਨ੍ਹਾਂ ਨੂੰ ਬੇਨਤੀ ਕੀਤੀ ਮੈਂ ਅਤੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਜਿਹੜੇ ਪੈਸੇ ਮਨਜ਼ੂਰ ਕੀਤੇ ਅਤੇ ਨਾਲ ਹੀ ਹੁਕਮ ਕੀਤਾ ਵੀ ਇਹ ਕੰਮ ਆ ਜਿਹੜਾ ਇਹ ਹੋਣਾ ਚਾਹੀਦਾ ਇਮੀਡੀਏਟਲੀ ਤਾਂ ਕਿ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਰ ਸਕੀਏ। ਅਤੇ ਮੈਂ ਇਹ ਯਕੀਨ ਦਵਾਉਂਦਾ ਮੋਹਾਲੀ ਵਾਸੀਆਂ ਨੂੰ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਮੋਹਾਲੀ ਚੱਲ ਰਹੇ ਨੇ, ਚੌਂਕ ਬਣ ਰਹੇ ਨੇ ਔਰ ਨਾਲ ਇਹ ਤੁਸੀਂ ਦੇਖਿਆ ਹੋਊਗਾ ਵੀ ਸੜਕਾਂ ਜਿਹੜੀਆਂ ਚੌੜੀਆਂ ਹੋ ਰਹੀਆਂ ਨੇ, ਉਦੋਂ ਬਾਅਦ ਇੱਕ ਜਿਹੜਾ ਟ੍ਰੈਫਿਕ ਕੰਟਰੋਲ ਵਾਸਤੇ ਕੈਮਰੇ ਲੱਗ ਗਏ ਨੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਇਹ ਸਾਰੇ ਕੰਮ ਹੋਣ ਤੋਂ ਬਾਅਦ ਫਿਰ ਸ਼ਹਿਰ ਦੀ ਬਿਊਟੀਫਿਕੇਸ਼ਨ ਦੇ ਉੱਤੇ ਖਾਸ ਧਿਆਨ ਦਿੱਤਾ ਜਾਊਗਾ, ਜਿਹੜੀਆਂ ਗ੍ਰੀਨਰੀ ਆ ਜਾਂ ਜਿੱਥੇ ਦਰੱਖਤ ਲਾਉਣੇ ਨੇ ਲੋਕਾਂ ਦੀ ਸਿਹਤ ਵਾਤਾਵਰਨ ਵਾਸਤੇ ਜਿਹੜਾ ਉਹ ਖਾਸ ਕੰਮ ਕੀਤਾ ਜਾਊਗਾ। ਤੋ ਮੈਂ ਇੱਕ ਵਾਰੀ ਫਿਰ ਇਹ ਸਾਰਾ ਧੰਨਵਾਦ ਕਰਦਾ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸਾਡਾ ਸਿਰੇ ਚੜ੍ਹਿਆ ਔਰ ਮੈਨੂੰ ਇਹ ਆਸ ਆ ਵੀ ਜਿਹੜਾ ਮਾੜਾ ਮੋਟਾ ਕਿਤੇ ਕੋਈ ਹੋਰ ਜੰਕਸ਼ਨ ਰਹਿ ਵੀ ਗਏ ਨੇ ਅਤੇ ਉਹਨਾਂ ਨੂੰ ਵੀ ਬਹੁਤ ਜਲਦੀ ਇਹ ਪ੍ਰਪੋਜ਼ਲ ਬਣਾ ਕੇ ਭੇਜ ਦੇਵਾਂਗੇ ਅਤੇ ਮੈਂ ਮੁੱਖ ਮੰਤਰੀ ਅਤੇ ਫਾਈਨਾਂਸ ਮੰਤਰੀ ਦੇ ਨਾਲ ਗੱਲ ਕਰਕੇ ਅਤੇ ਹੋਰ ਵੀ ਜਿਹੜੇ ਪੈਸੇ ਹੋਣਗੇ ਉਹ ਵੀ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ। ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਬਈ ਏਅਰਪੋਰਟ ਰੋਡ ਦੇ ਉੱਤੇ ਜਿਹੜਾ ਹੈ ਉਹ ਟ੍ਰੈਫਿਕ ਸਪੀਡ ਕੰਟਰੋਲ ਕਰਨ ਵਾਸਤੇ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨੇ ਔਰ ਸਪੀਡ ਵੀ ਕੰਟਰੋਲ ਹੋਊਗੀ ਜਿਹਦੇ ਨਾਲ ਹੁੱਲੜਬਾਜੀ ਵੀ ਰੁਕੂਗੀ, ਐਕਸੀਡੈਂਟ ਘਟਣਗੇ ਔਰ ਮੈਂ ਇਹ ਸਮਝਦਾ ਵੀ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਜਿਹੜੀ ਉਹ ਮਿਲੂਗੀ। ਕੋਈ ਕੈਜੂਅਲਟੀ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਹੋਊਗਾ ਵੀ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਐਕਸੀਡੈਂਟ ਹੁੰਦੇ ਅਤੇ ਮੌਤਾਂ ਹੀ ਹੁੰਦੀਆਂ ਨੇ, ਮੈਨੂੰ ਇਹ ਲੱਗਦਾ ਵੀ ਉਹ ਵੀ ਜਿਹੜੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਬਚਤ ਹੋਊਗੀ ਔਰ ਹੋਰ ਵੀ ਜਿੰਨੇ ਕੈਮਰੇ ਲੱਗੇ ਹੋਏ ਨੇ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਹੁੰਦੀ ਆ, ਕੋਈ ਕ੍ਰਿਮੀਨਲ ਆ, ਕੋਈ ਮੁੰਡੇ ਕੋਈ ਮਤਲਬ ਲੇਡੀ ਨੂੰ ਸੁਰੱਖਿਆ ਵੀ ਸੁਰੱਖਿਆ ਮਿਲੂਗੀ ਕਿਉਂਕਿ ਉਹਨਾਂ ਦੇ ਵੀ ਜਿਹੜਾ ਵੀ ਕੋਈ ਕਿਸੇ ਕਿਸਮ ਦੀ ਗਲਤ ਕੰਮ ਕਰੂਗਾ ਤਾਂ ਕੈਮਰੇ ਦੀ ਅੱਖ ਦੇ ਥੱਲੇ ਕੰਮ ਕਰੂਗਾ ਉਹ, ਅਤੇ ਮੈਂ ਸਮਝਦਾ ਵੀ ਜਿਹੜਾ ਮੋਹਾਲੀ ਦੇ ਵਿੱਚ ਕਰਾਇਮ ਉਹ ਵੀ ਨਾ ਬਰਾਬਰ। ਸਰ ਅੱਜ ਇਹ ਉਦਘਾਟਨ ਹੋਇਆ ਹੈ ਅਤੇ ਇਹ ਪ੍ਰੋਜੈਕਟ ਕਦ ਤੱਕ ਮੁਕੰਮਲ ਹੋਣ ਦੀ ਸਾਰੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ 18 ਦੇ 18 ਜੁਲਾਈ ਦੀ ਗੱਲ ਕਰੇ ਤਾਂ ਇਹ ਮੇਰਾ ਖਿਆਲ ਆ ਵੀ 30 ਸਤੰਬਰ ਤੋਂ ਪਹਿਲਾਂ 30 ਸਤੰਬਰ ਦਾ ਲਾਸਟ ਡੇਟ ਆ, ਉਦੋਂ ਪਹਿਲਾਂ ਜਿਹੜਾ ਇਹ ਜਿਹੜਾ ਪ੍ਰੋਜੈਕਟ ਹੈ ਇਹ ਦੇਖੋ ਅਸੀਂ ਬਾਕੀਆਂ ਸਰਕਾਰਾਂ ਮੰਗ ਨਹੀਂ ਕਰਦੇ ਹਾਂ ਬਈ ਮਤਲਬ ਉਦਘਾਟਨ ਕਰਤਾ ਬਾਅਦ ਵਿੱਚ ਫਿਰ ਟੈਂਡਰ ਲੱਗੇ ਬਾਅਦ ਵਿੱਚ ਫਿਰ ਵਰਕ ਆਰਡਰ ਹੋਏ, ਐਸਾ ਕੁਛ ਨਹੀਂ ਹੈਗਾ। ਸਾਰਾ ਕੰਮ ਮੁਕੰਮਲ ਹੋ ਕੇ 4-5 ਦਿਨ ਤੋਂ ਪਿਛਲੇ ਤੋਂ ਚੱਲ ਰਿਹਾ ਕੰਮ ਖੋਦ ਖੁਦਾਈ ਦਾ, ਉਦੋਂ ਬਾਅਦ ਅੱਜ ਦਾ ਦਿਨ ਰੱਖਿਆ ਵੀ ਅੱਜ ਜਦੋਂ ਸਾਰਾ ਕੁਝ ਮੁਕੰਮਲ ਹੋ ਗਿਆ ਅੱਜ ਕੰਮ ਸ਼ੁਰੂ ਜ਼ੋਰਾਂ 'ਤੇ ਹੋਜੂਗਾ ਔਰ ਸਤੰਬਰ ਤੱਕ ਇਹ ਕੰਮ ਜਿਹੜਾ ਇਹ ਚਾਲੂ ਹੋਜੂਗਾ ਔਰ ਸਤੰਬਰ ਤੋਂ ਬਾਅਦ ਮੋਹਾਲੀ ਦੇ ਲੋਕ ਦੇਖਣਗੇ ਵੀ ਸਾਡਾ ਜਿਹੜਾ ਸ਼ਹਿਰ ਹੈ ਇਹ ਵੀ ਜਿਹੜਾ ਹਾਈਟੈਕ ਬਣ ਜੂਗਾ। ਕੈਮਰਾ ਪਰਸਨ ਨਿਤਿਨ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਮੋਹਾਲੀ।